ਨਾਇਆ ਜੀ ਉਹਨਾਂ ਦਾ ਕਹਿਣਾ ਆ ਕਿ 13 ਦੇ 13 ਸੀਟਾਂ ਆਪ ਲੜਾਂਗੇ ਸਾਡੀ ਪਾਰਟੀ ਦਾ ਫੈਸਲਾ ਕਾਂਗਰਸ ਵੱਲ ਨਾਲ ਕੋਈ ਅਲਾਈਅੰਸ ਨਹੀਂ ਕਾਂਗਰਸ ਵਾਲਿਆਂ ਦੇ ਲੀਡਰਾਂ ਦੇ ਕੇਸ ਚੱਲਦੇ ਆ ਨਹੀਂ ਬਟ ਏਰੇ ਤੇ ਮੈਂ ਕੀ ਟਿੱਪਣੀ ਕਰਨੀ ਹੈ ਅਨਮੋਲ ਗਗਨ ਮਾਨ ਜੀ ਸ਼ੀ ਇਜ਼ ਆਥੋਰਾਈਜ਼ਡ ਟੂ ਗਿਵ ਐਨੀ ਕਾਈਂਡ ਆਫ ਬਿਆਨ ਉਹ ਕੁਝ ਵੀ ਕਹਿ ਦੇ ਸਾਨੂੰ ਕਿਸੇ ਗੱਲ ਦਾ ਕੋਈ ਇਤਰਾਜ਼ ਨਹੀਂ ਇਸ ਗੱਲ ਤੇ ਜੇ ਕਿਸੇ ਗੱਲ ਦਾ ਇਤਰਾਜ਼ ਹੋਵੇ ਕਿ ਅਨਮੋਲ ਗਗਨ ਮਾਨ ਨੇ ਕੋਈ ਗਲਤ ਗੱਲ ਕਹੀ ਹੈ ਤਾਂ ਫੇਰ ਅਸੀਂ ਇਤਰਾਜ਼ ਕਰੀਏ ਉਹ ਵੀ 13 ਤੇ ਲੜ ਰਹੇ ਅਸੀਂ ਵੀ 13 ਤੇ ਲੜ ਰਹੇ ਜੋ ਕਹਿ ਰਹੇ ਹੈ ਪਰ ਹਾਂ ਕਈ ਵਾਰੀ ਸਾਡੀ ਛੋਟੀ ਭੈਣ ਮੁੜ ਕੇ ਆਪਦੇ ਬਿਆਨ ਤੋਂ 2 ਮਿੰਟਾਂ 'ਚ ਪਲਟ ਜਾਂਦੇ ਨੇ ਮੈਂ ਉਹ ਸਤਿਕਾਰਯੋਗ ਨੇ ਭੈਣ ਵੀ ਨੇ ਇੱਕ ਔਰਤ ਵੀ ਨੇ ਪਰ ਉਹ ਸ਼ੀ ਇਜ਼ ਆਥੋਰਾਈਜ਼ਡ ਜੋ ਮਰਜ਼ੀ ਕਹੇ ਪਰ ਹਾਈ ਕਮਾਨ ਦੀਆਂ ਮੀਟਿੰਗਾਂ ਜਿਸ ਤਰੀਕੇ ਨਾਲ ਚੱਲ ਰਹੀਆਂ ਨੇ ਤੁਹਾਡੇ ਵੱਡੇ ਲੀਡਰ ਉੱਪਰ ਬੈਠ ਕੇ ਮੀਟਿੰਗ ਕਰ ਰਹੇ ਵੋਟ ਸੀਟ ਸ਼ੇਅਰਿੰਗ ਤੱਕ ਦੀ ਗੱਲ ਪਹੁੰਚ ਚੁੱਕੀ ਹੈ ਆਈ ਡੋਨਟ ਨੋ ਜੀ ਵੀ ਸੀਟ ਸ਼ੇਅਰਿੰਗ ਦੀ ਗੱਲ ਪਹੁੰਚੀ ਹੈ ਕਿ ਨਹੀਂ ਪਹੁੰਚੀ ਪਰ ਸਾਡੇ ਕੋਲੇ ਕਿਸੇ ਪ੍ਰਕਾਰ ਦੀ ਐਸੀ ਜਾਣਕਾਰੀ ਨਹੀਂ ਹੈ ਸਾਨੂੰ ਇਹੀ ਦੱਸਿਆ ਗਿਆ ਹੈ ਕਿ ਤੁਸੀਂ ਲੋਕ ਬੀ ਰੈਡੀ ਕਿ 13 ਦੀਆਂ 13 ਸੀਟਾਂ ਤੇ ਕਾਂਗਰਸ ਪਾਰਟੀ ਨੇ ਆਪਦੇ ਉਮੀਦਵਾਰ ਲਾਣੇ ਔਰ ਪੰਜਾਬ ਦੇ ਹਰ ਮੁੱਦੇ ਦੀ ਤੁਸੀਂ ਲੋਕਾਂ ਨੇ ਲੜਾਈ ਲੜਨੀ ਹੈ ਜੋ ਟਿਲ ਟੁਡੇ ਸਾਡੇ ਕੋਲੇ ਮੇਰੇ ਕੋਲੇ ਇਨਫੋਰਮੇਸ਼ਨ ਹੈਗੀ ਹੈ बुलाया गया ਅਸੀਂ ਪਹੁੰਚਾਂਗੇ ਹైదరాబాద్ ਮੈਂ ਤੇ ਸੀਐਲਪੀ ਐਂਡ ਕੀ ਗੱਲ ਰੱਖੀ ਜਾਣੀ ਹੈ ਜਾਂ ਕੀ ਗੱਲ ਹੋਣੀ ਹੈ ਉੱਥੇ ਅਸੀਂ ਆਪਣੀ ਗੱਲ ਰੱਖਾਂਗੇ ਜਦੋਂ ਸਾਨੂੰ ਪੁੱਛਿਆ ਜਾਏਗਾ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਦਿੱਲੀ ਦੇ ਵਿੱਚ ਕੱਲ ਵੀ ਤੁਸੀਂ ਕਹੋਗੇ ਗਠਬੰਧਨ ਦੀ ਸਾਥੀਆਂ ਦੀ ਪਾਰਲੀਮੈਂਟ ਦੇ ਆਪੋਜੀਸ਼ਨ ਪਾਰਟੀਆਂ ਦੀ ਮੀਟਿੰਗ ਹੋਈ ਹੈ ਰਿਗਾਰਡਿੰਗ ਭਾਰਤ ਜਿਹੜਾ ਇਨਵੀਟੇਸ਼ਨ ਨੂੰ ਲੈ ਕੇ ਕਿ ਉਹਨਾਂ ਨੇ ਨਾਮ ਹੀ ਚੇਂਜ ਕਰਨ ਦੀ ਉਹ ਗੱਲ ਕਰਤੀ ਹੈ ਬੀਜੇਪੀ ਨੇ ਉਹ ਇੰਡੀਆ ਨਾਮ ਤੋਂ ਹੀ ਇੰਨਾ ਘਬਰਾ ਗਏ ਨੇ ਸੋ ਇੱਕ ਗੱਲ ਤਾਂ ਹੈਗੀ ਹੈ ਇਸ ਗਠਬੰਧਨ ਦੇ ਨਾਲ ਕਿਤੇ ਨਾ ਕਿਤੇ ਜਿਹੜੇ ਸਾਡੀ ਆਪੋਜੀਸ਼ਨ ਬੀਜੇਪੀ ਹੈਗੀ ਹੈ ਨਰਿੰਦਰ ਮੋਦੀ ਜੀ ਘਬਰਾਏ ਨਜ਼ਰ ਆ ਰਹੇ ਨੇ ਇਸੇ ਕਰਕੇ ਵਨ ਨੇਸ਼ਨ ਵਨ ਇਲੈਕਸ਼ਨ ਭਾਰਤ ਦਾ ਨਾਮ ਤਬਦੀਲ ਇੰਡੀਆ ਦਾ ਨਾਮ ਤਬਦੀਲ ਕਰਕੇ ਭਾਰਤ ਦੀ ਗੱਲ ਕਰ ਦਿੱਤੀ ਗਈ ਹੈ ਇਹ ਹੁਣ ਮੀਟਿੰਗਸ ਤਾਂ ਨਿਰੰਤਰ ਹੁੰਦੀਆਂ ਇਹਦੇ ਨਾਲ ਸਾਡਾ ਪੰਜਾਬ ਦਾ ਕੋਈ ਤਲੁਕਾਤ ਨਹੀਂ ਸਾਨੂੰ ਹਜੇ ਤੱਕ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਪਾਰਟੀ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਇਨਸਟਰਕਸ਼ਨ ਨਹੀਂ ਹੈ ਜਦੋਂ ਹੋਏਗੀ ਫਿਰ ਜ਼ਰੂਰ ਕਰਾਂਗੇ ਸੁਨੀਲ ਜੱਟ ਦੇ ਪਿਆਰ ਤੋਂ ਇਕੱਠੇ ਇਲੈਕਸ਼ਨ ਲੜਨ ਦੇ ਲਈ ਕਿਉਂਕਿ ਜਿਸ ਤਰੀਕੇ ਦੇ ਗਠਬੰਧਨ ਨੇ ਸਰ ਕਿਉਂਕਿ ਸੈਂਟਰ ਲਗਭਗ ਰਾੜੀ ਹੈ ਸਰ ਜੀ ਮੈਂ ਤਿਆਰ ਹਾਂ ਜਾਂ ਨਹੀਂ ਤਿਆਰ ਇਹਦਾ ਕੋਈ ਸਵਾਲ ਨਹੀਂ ਹੈ ਪੰਜਾਬ ਕਾਂਗਰਸ ਤੇ ਕਾਂਗਰਸ ਦੇ ਉੱਪਰ ਸਾਡੀ ਹਾਈ ਕਮਾਂਡ ਇਹ ਨਿਰਣੈ ਫੈਸਲਾ ਜਿਹੜਾ ਮੈਂਡੇਟ ਹੈ ਇਹ ਮਲਿਕ ਅਰਜੁਨ ਖੜਗੇ ਸਾਹਿਬ ਤੇ ਰਾਹੁਲ ਗਾਂਧੀ ਜੀ ਕੋਲੇ ਹੈ ਫੈਸਲਾ ਅੰਤਿਮ ਉਹਨਾਂ ਨੇ ਲੈਣਾ ਕੀ ਹੋਣਾ ਲੇਕਿਨ ਮੈਨੂੰ ਇਹ ਪੂਰਨ ਵਿਸ਼ਵਾਸ ਹੈ ਕਿ ਅੱਜ ਤੱਕ ਜਿੰਨੇ ਵੀ ਫੈਸਲੇ ਹੋਏ ਆ ਉਹਨਾਂ ਨੇ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਨਾਲ ਗੱਲ ਕਰਕੇ ਕੋਈ ਨਾ ਕੋਈ ਫੈਸਲਾ ਲਿਆ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੋਏਗੀ ਤਾਂ ਉਹ ਸਾਡੇ ਨਾਲ ਜ਼ਰੂਰ ਪਹਿਲਾਂ ਗੱਲ ਕਰਨਗੇ ਤੇ ਫਿਰ ਅਸੀਂ ਲੋਕਾਂ ਦੇ ਜਿਹੜੇ ਵਿਚਾਰ ਆ ਉਹਨਾਂ ਦੇ ਸਾਹਮਣੇ ਰੱਖਾਂਗੇ ਜੇ ਤੁਹਾਨੂੰ ਤੁਹਾਡਾ ਚੈਨਲ ਕਹਿ ਰਿਹਾ ਹੈ ਕਿ ਤੁਹਾਨੂੰ ਨੌਕਰੀ ਤੋਂ ਜੇ ਕੱਢ ਦਿੱਤਾ ਜਾਵੇ ਜੇ ਤਾਂ ਫਿਰ ਜੇ ਤਾਂ ਬਹੁਤ ਕੁਛ ਹੈ ਇਦਾਂ ਸਵਾਲ ਨਾ ਕਰੋ ਜਨਾਬ ਕੀ ਸਾਨੂੰ ਜਵਾਬ ਦੇਣ ਵਾਸਤੇ ਸਾਡੇ ਕੋਲ ਕੋਈ ਉੱਤਰ ਨਾ ਹੋਵੇ ਮੇਰੇ ਕਹਿੰਦੇ ਮਤਲਬ ਜੇ ਦੀ ਗੱਲ ਨਾ ਕਰੋ ਜਦ ਜੇ ਆਏਗੀ ਤਦ ਗੱਲ ਕਰਾਂਗੇ ਅੱਛਾ ਜੇ ਹੋ ਸਕਦਾ ਸਾਨੂੰ ਹਾਈ ਕਮਾਂਡ ਇਹ ਕਵੇ ਕਿ ਤੁਸੀਂ 13 ਸੀਟਾਂ ਤੇ ਚੋਣਾਂ ਲੜਨਾ ਇਹ ਗਠਬੰਧਨ ਸਾਡਾ ਅਪਰ ਲੈਵਲ ਤੇ ਹੈ ਫਿਰ ਜੇ ਕਵੇ ਸੂਬਿਆਂ ਦੇ ਵਿੱਚ ਸਰ ਤੁਸੀਂ ਕੀ ਹਾਈ ਕਮਾਂਡ ਦਾ ਜਦੋਂ ਗੱਲਬਾਤ ਹੋਵੇ ਤੁਸੀਂ ਕਹਿਣ ਨੂੰ ਤਿਆਰ ਹੋ ਗਏ ਕਿ ਪ੍ਰੀ ਇਲੈਕਸ਼ਨ ਖਰਚ ਆ ਜਿੱਤੇਗਾ ਕਿਵੇਂ ਕਿਉਂਕਿ ਸੂਬਿਆਂ ਦੇ ਵਿੱਚ ਗੱਠਜੋੜ ਜਿੱਤੇਗਾ ਕਿਵੇਂ ਕੈਂਡੀਡੇਟ ਅੱਡ ਹੋਣਗੇ ਵੋਟਾਂ ਜਿਹੜੀਆਂ ਨੇ ਵੰਡੀਆਂ ਤੁਹਾਨੂੰ ਸੀਟਾਂ ਵੀ ਜਿੱਤਦੇ ਵਿਖਾਵਾਂਗੇ ਤੁਹਾਨੂੰ ਗਠਬੰਧਨ ਵੀ ਜਿੱਤਦੇ ਦਿਖਾਵਾਂਗੇ ਵੜਿੰਗ ਸਾਹਿਬ ਪ੍ਰੀ ਇਹ ਗਠਬੰਧਨ ਇਹ ਸੋਚ ਦੀ ਲੜਾਈ ਹੈ ਇਹ ਡੈਮੋਕ੍ਰੇਸੀ ਦੀ ਲੜਾਈ ਹੈ ਇਹ ਸੰਵਿਧਾਨ ਦੀ ਲੜਾਈ ਹੈ ਔਰ ਮੈਨੂੰ ਲੱਗਦਾ ਕਿ ਅਸੀਂ ਕਾਮਯਾਬ ਹੋਵਾਂਗੇ ਇਹਦੇ ਚ ਰੀਅਲਾਈਅੰਸ ਲਈ ਰੈਡੀ ਨਹੀਂ ਹੋ ਲੇਕਿਨ ਅਗਰ ਪੋਸਟ ਅਲਾਈਅੰਸ ਪੰਜਾਬ ਭਾਈ ਜੀ ਮੈਂ ਨਾ ਪ੍ਰੀ ਅਲਾਈਅੰਸ ਦੀ ਗੱਲ ਕੀਤੀ ਹੈ ਨਾ ਪੋਸਟ ਅਲਾਈਅੰਸ ਦੀ ਗੱਲ ਕਰਨੀ ਹੈ ਕਾਈਂਡਲੀ ਅੰਡਰਸਟੈਂਡ ਬ੍ਰਦਰ ਮੇਰੇ ਭਰਾਓ ਇਹ ਗੱਲ ਸਮਝੋ ਇਹ ਮੇਰੇ ਕੋਲੇ ਮੈਂਡੇਟ ਨਹੀਂ ਹੈ ਮੇਰੇ ਕੋਲੇ ਮੈਂਡੇਟ ਹੈ ਕਿ ਮੈਂ ਕਾਂਗਰਸ ਪਾਰਟੀ ਦੇ ਪੰਜਾਬ ਯੂਨਿਟ ਦੇ ਮਨ ਦੇ ਭਾਵ ਦਿੱਲੀ ਹਾਈ ਕਮਾਂਡ ਨੂੰ ਦੱਸਾਂ ਹਰ ਮੁੱਦੇ ਤੇ ਇੱਕ ਮੁੱਦੇ ਤੇ ਨਹੀਂ ਹਰ ਮੁੱਦੇ ਤੇ
हजे इस गल बारे किसी प्रकार की चर्चा नहीं हुई, तो जो चर्चा नहीं हुई ये मेरे को मैंडेट ही नहीं है, तो मैं तुम किवें कहां भी प्री ते पोस्ट होएगा या नहीं होया, मेरे मेरे मुँह च ना गल पाओ, मैं सच कह रहा जो थोनू कह रहा।